ਰਾਜੂ ਜੀ ਕੀ ਕਾਰਨ ਹੈ ਜਿਹੜਾ ਤੈਨੂੰ ਅੱਜ ਪੁਲਿਸ ਨੇ ਫੜਿਆ? ਸਰ ਮੈਂ ਇਹਨਾਂ ਬਿੱਲ ਖੜਾਈ ਮੈਂ ਕਿਤੇ ਗਿਆ ਸ਼ਨੀਵਾਰ ਨੂੰ, ਮੈਂ ਕਿਹਾ ਬਿੱਲ ਭਰ ਦਿਉ ਮੰਡਲ ਹੋਰ ਬੰਦੇ ਸੀ ਨਾਲ, ਇਹ ਕਹਿੰਦੇ ਸੋਮਵਾਰ ਨੂੰ ਦੇ ਦੇਵਾਂਗੇ ਪੈਸੇ ਸਾਡਾ ਜਿੰਨਾ ਪੈਟਰੋਲ ਮੀਟਰ ਪੁੱਟਣਾ ਸਾਡਾ, ਮੇਰਾ ਮੁੰਡਾ ਕਿ ਐਕਸੀਡੈਂਟ ਹੋਇਆ ਅਤੇ ਉਸ ਕਰਕੇ ਮੈਂ ਅੱਗੇ ਨਿਕਲ ਗਈ ਹਾਂ ਅਤੇ ਆ ਕੇ ਤੁਹਾਨੂੰ ਦੇਵਾਂਗੇ। ਅਤੇ ਅੱਜ ਮੈਂ ਦਵਾਈ ਲੈਣ ਆਇਆ ਤਾਂ ਮੈਨੂੰ ਕਹਿੰਦੇ ਵੀ ਤੂੰ ਆ ਪੈਸੇ ਲਿਆ ਅੱਜ ਕਿੱਥੇ ਹੈ? ਮੈਂ ਕਿਹਾ ਚਲੋ ਜੀ, ਮੈਨੂੰ ਇਹ ਹੁੰਦਾ ਕੋਈ ਚੋਰੀ ਸਿਰ ਪਾਉਂਦੇ ਤਾਂ ਮੈਂ ਬਾਜ਼ਾਰ ਦੇ ਪੈਸੇ ਫੜਨੇ ਇਸ ਤੋਂ, ਮੈਨੂੰ ਗੱਲ ਪਤਾ ਨਹੀਂ ਸੀ ਇਹਨੇ ਪੜਾਏ। ਮੈਂ ਚਲ 12 ਤੋਂ 1 ਵਜੇ ਸਾਹਮਣੇ ਨਸੀਬ ਲੈ ਲਿਆ ਆਪਣਾ ਮੇਰੇ ਤੋਂ, ਇਹ ਨਹੀਂ ਗੱਲ ਸੀ, ਮੈਨੂੰ ਪਤਾ ਨਹੀਂ ਸਰ ਇਹਨੇ ਵੀ ਪੈਸੇ ਕਿਹੜੇ ਸੀ, ਇਹਨੇ ਫੜਾਈ ਵੀ ਥਾਣੇ ਕੋਲ, ਮੈਂ ਕਹਿੰਦੀ ਮੈਂ ਫੜਾ ਨਹੀਂ ਰਾਜੂ ਲਈ। ਮੈਨੂੰ ਪੁੱਛਿਆ ਮੈਡਮ ਜਾਣਾ ਤੁਸੀਂ, ਕਹਿੰਦੀ ਨਹੀਂ ਮੈਨੂੰ ਬਾਜ਼ਾਰੇ ਕੰਮ ਹੈ। ਲੁਆਣਾ ਜੀ ਕਿੰਨੇ ਪੈਸੇ ਦੀ ਮੰਗ? ਹੈਂ ਕਿੰਨੇ ਪੈਸੇ ਦੀ? ਇਹ ਜੀ ਤੂੰ ਕਿੰਨੇ ਪੈਸੇ ਲਏ? ਨਹੀਂ ਮੈਂ ਤਾਂ ਬਿਜਲੀ ਬਿੱਲ ਮੰਗੇ ਇਹਨਾਂ ਤੋਂ, ਇਹ ਕਹਿੰਦੇ ਅਸੀਂ 5000 ਕਿਸ਼ਤ ਭਰਦੇ ਹਾਂ ਅਤੇ 5 ਮਿੰਟ ਕਰਕੇ ਭਰ ਦਿਆਂਗੇ ਦੁਬਾਰੀ। ਮੈਂ ਚਲੋ ਐਂ ਕਰ ਦਿਉ, ਭਰ ਮੈਂ ਭਰ ਦਿਉ ਲੋਕ ਆਪਣਾ ਕਿਹੜੇ। ਕਿੰਨਾ ਬਿੱਲ ਸੀ ਉਹਨਾਂ ਦਾ? ਇਹਨਾਂ ਜੀ 21 ਨੜੇ ਜੀ। ਪਹਿਲਾਂ ਕੋਈ ਪੈਸੇ ਲਏ ਉਹਨਾਂ ਤੋਂ? ਨਹੀਂ ਸਰ ਕੋਈ ਨਹੀਂ ਲਏ। ਇਹ ਜੀ ਅੱਜ ਵਿਜੀਲੈਂਸ ਬਿਊਰੋ ਸ਼੍ਰੀ ਮੁਕਤਸਰ ਸਾਹਿਬ ਦੀ ਟੀਮ ਵੱਲੋਂ ਇੱਕ ਬਿਜਲੀ ਬੋਰਡ ਦਾ ਲਾਈਨਮੈਨ ਜੋ ਕਿ ਲੁਬਾਣਿਆਂ ਵਾਲੀ ਵਿੱਚ ਲੱਗਿਆ ਹੋਇਆ ਸੀ, ਉਸ ਵੱਲੋਂ ਸਗਰਾਣਾ ਪਿੰਡ ਦੀ ਇੱਕ ਔਰਤ ਹੈ ਪਰਮਜੀਤ ਕੌਰ, ਉਸ ਦਾ ਇੱਕ BC ਕੋਟੇ ਵਿੱਚ ਮੀਟਰ ਲੱਗਿਆ ਹੋਇਆ ਸੀ। ਉਹ ਮੀਟਰ ਨੂੰ ਇਹ ਬਦਲਣ ਦਾ ਇਹ ਮਤਲਬ ਉਹਨੂੰ ਧਮਕੀ ਦਿੰਦਾ ਸੀ ਕਿ ਜੇ 10,000 ਰੁਪਈਆ ਦੇਵੇਗੀ ਤਾਂ ਠੀਕ ਹੈ, ਨਹੀਂ ਤਾਂ ਮੀਟਰ ਤੇਰਾ ਜਿਹੜਾ ਅਸੀਂ ਪੁੱਟ ਕੇ ਲੈ ਜਾਵਾਂਗੇ। ਉਹਦੇ ਸੰਬੰਧ ਵਿੱਚ ਇਸਨੇ 7,000 'ਚ ਇਹਨਾਂ ਦਾ ਸੌਦਾ ਹੋਇਆ ਸੀ, 2,000 ਪਹਿਲਾਂ ਐਡਵਾਂਸ ਦੇ ਦਿੱਤਾ ਸੀ, 5,000 ਰੁਪਈਆ ਅੱਜ ਉਹਨੇ ਲੈਣ ਲਈ ਇੱਥੇ ਮੁਕਤਸਰ ਇਹਨੂੰ ਲੇਡੀ ਨੂੰ ਬੁਲਾਇਆ ਸੀ ਅਤੇ ਉਸ ਲੇਡੀ ਦੇ ਕੰਪਲੇਂਟ 'ਤੇ ਕਾਰਵਾਈ ਕੀਤੀ ਗਈ ਹੈ। ਇਸ ਨੂੰ ਰੰਗੇ ਹੱਥੀ 5,000 ਰਿਸ਼ਵਤ ਲੈਂਦੇ ਮੁਕਤਸਰ ਸ਼ਹਿਰ ਦੇ ਵਿੱਚੋਂ ਭਾਟੀਆ ਪ੍ਰੈਸ ਦੇ ਕੋਲੋਂ ਫੋਟੋ ਸਟੇਟ ਸੈਂਟਰ ਜਿਹੜਾ ਇਹਨਾਂ ਦਾ, ਉੱਥੋਂ ਇਸ ਨੂੰ ਰੰਗੇ ਹੱਥੀ ਗ੍ਰਿਫਤਾਰ ਕੀਤਾ ਗਿਆ। ਸਾਡੇ ਨਾਲ ਜੀ ਇੰਸਪੈਕਟਰ ਸਤਪ੍ਰੇਮ ਸਿੰਘ ਜੀ, ASI ਕਿੱਕਰ ਸਿੰਘ, ASI ਗੁਰਗਬਾਲ ਸਿੰਘ, ASI ਨਰਿੰਦਰਪਾਲ ਕੌਰ, ਦਵਿੰਦਰ ਕੌਰ, ਸਤੀਸ਼ ਕੁਮਾਰ, ਇਹ ਸਾਡੀ ਸਾਰੀ ਵਿਜੀਲੈਂਸ ਟੀਮ ਜਿਹੜੀ ਨਾਲ ਸੀਗੀ। ਸਰਕਾਰੀ ਗਵਾਹ 2 ਨੇ ਜੀ ਇਹਦੇ 'ਚ। ਇੱਕ ਤਾਂ SDO ਹਰਪ੍ਰੀਤ ਸਾਗਰ ਨੇ ਜੀ, ਦੂਸਰੇ HDO ਸੁਖਦੇਵ ਸਿੰਘ, ਉਹਨਾਂ ਦੇ ਸਾਹਮਣੇ ਸਾਰੀ ਕਾਰਵਾਈ ਕੀਤੀ ਗਈ ਜੀ ਅਤੇ ਇਸ ਨੂੰ ਰੰਗੇ ਹੱਥੀ 5,000 ਰੁਪਇਆ ਲੈਂਦੇ ਹੋਏ ਉੱਥੇ ਗ੍ਰਿਫਤਾਰ ਕੀਤਾ ਗਿਆ। ਇਸ ਤੋਂ ਪਹਿਲਾਂ ਇਸ 'ਤੇ ਕੋਈ ਮਾਮਲਾ ਦਰਜ ਨਹੀਂ ਹੈ।